ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਦਾ ਸ਼ੁਕਰਾਨਾ ਕਰਕੇ ਆਉਣ ਡਿਆ ਸੀ। ਇਹਨਾਂ ਨੇ ਵਾਪਸ ਆਉਂਦਿਆਂ ਜਿਹੜਾ ਮੈਨੂੰ ਚੱਕ ਵਾਲਾ ਪੁੱਲ ਸਾਡੇ ਪਿੰਡਾਂ ਦੇ ਵਿਚਕਾਰ ਆ ਉੱਥੋਂ ਕਿਡਨੈਪ ਕੀਤਾ ਮੈਨੂੰ ਦੋਵਾਂ ਗੱਡੀਆਂ ਦੇ ਵਿੱਚ। ਤੁਹਾਡੇ 'ਤੇ ਅਟੈਕ ਹੁੰਦਾ ਹੈ, ਉਹ ਅਟੈਕ ਹੋਣ ਦਾ ਅਸਲ ਦੇ ਵਿੱਚ ਰੀਜ਼ਨ ਕੀ ਸੀਗਾ? ਮੇਰੇ 'ਤੇ ਅਟੈਕ ਹੋਣ ਦਾ ਰੀਜ਼ਨ ਆ ਕਿ ਮੈਂ ਖੁੱਲ੍ਹ ਕੇ ਬੋਲਦਾ, ਮੈਂ ਪੰਜਾਬ ਦੀ ਗੱਲ ਕਰਦਾ। ਅਟੈਕ ਕਰਨ ਵਾਲੇ ਲੋਕ ਕੌਣ ਸੀ? ਅਟੈਕ ਕਰਨ ਵਾਲੇ ਲੋਕ ਦੇਖੋ, ਜੇ ਜ਼ੋਰ ਸੱਤਾਧਾਰੀਆਂ ਦਾ ਲੱਗਾ ਵਾ, ਲਾਲਜੀਤ ਸਿੰਘ ਭੁੱਲਰ ਹੁਣ ਜ਼ੋਰ ਲਾ ਰਹੇ ਨੇ, ਐ ਬੀ ਬੀ ਏ ਤੋਂ ਖਰੜ ਵਾਲੀ ਜ਼ੋਰ ਲਾ ਰਹੀ ਆ, ਦਲਬੀਰ ਸਿੰਘ ਟੌਂਗ MLA ਜ਼ੋਰ ਲਾ ਰਿਹਾ ਵਾ ਰਾਜੀਨਾਮੇ ਵਾਸਤੇ, ਅਤੇ ਮੇਰੇ 'ਤੇ ਦਬਾਅ ਪਾਉਣ ਡਿਆ ਕਿ ਤੂੰ ਇੱਥੋਂ ਜਾ ਕੇ ਬਾਹਰ ਕੰਮ ਕਰ ਆਪਣਾ, ਅਤੇ ਮਤਲਬ ਇੱਥੇ ਨਾ ਸਾਨੂੰ ਮਤਾਂ ਦੇ। ਮੈਂ ਇਹਨਾਂ ਨਹੀਂ ਕਹਿੰਦਾ ਕਿ ਬਿਲਕੁਲ ਸਰਕਾਰ ਦੇ ਬੰਦੇ ਨੇ, ਪਰ ਇਹਨੂੰ ਇਹਨਾਂ ਲੋਕਾਂ ਨੂੰ ਸਰਕਾਰੀ ਸ਼ੈ ਜ਼ਰੂਰ ਹੈਗੀ। TV24 ਦੇ ਨਾਲ ਜੁੜੇ ਹੋਏ ਰਜਿੰਦਰ ਸਿੰਘ, ਜੇ ਗੱਲ ਕੀਤੀ ਜਾਵੇ ਤਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਦੇ ਵਿੱਚ ਵਿਦੇਸ਼ਾਂ ਤੋਂ NRI ਭਾਈਚਾਰਾ ਹਮਾਇਤ ਕਰਨ ਵਾਸਤੇ ਆਉਂਦਾ, ਤਾਂ ਅਜਿਹੇ ਦੇ ਵਿੱਚ ਖਡੂਰ ਸਾਹਿਬ ਹਲਕੇ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਹਮਾਇਤ ਕਰਨ ਵਾਸਤੇ ਜਗਵੀਰ ਸਿੰਘ ਆਉਂਦਾ ਹੈ, ਔਰ ਉਹਨਾਂ ਦੇ ਉੱਪਰ ਹਾਲ ਦੇ ਵਿੱਚ ਅਟੈਕ ਕੀਤਾ ਜਾਂਦਾ ਹੈ, ਕਿਹੜੀਆਂ ਮਨਸ਼ਾਵਾਂ ਦੇ ਤਹਿਤ ਕੀਤਾ ਜਾਂਦਾ ਹੈ, ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਬਾਈ ਜੀ। ਅਸਲ ਦੇ ਵਿੱਚ ਕਿਹੜੀ ਮਨਸ਼ਾ ਦੇ ਤਹਿਤ ਪੰਜਾਬ ਦੇ ਵਿੱਚ ਆ ਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਕਰਦੇ ਹੋ? ਵੀਰੇ ਮੈਂ ਨਾ ਪਹਿਲਾਂ ਵੀ ਗੱਲ ਇੱਥੇ ਕੀਤੀ ਆ, ਪਹਿਲਾਂ ਥੈਂਕ ਯੂ ਸੋ ਮਚ ਤੁਸੀਂ ਆਏ ਜੇ ਤੇ ਤੁਸੀਂ ਕੌਮ ਦੀ ਸੇਵਾ ਕਰ ਰਹੇ ਜੇ। ਵੀਰੇ ਗੱਲ ਇਦਾਂ ਵਾ ਕਿ ਮੈਂ ਕਿਸੇ ਪਰਸਨ ਵਾਸਤੇ ਨਹੀਂ ਆਇਆ, ਮੈਂ ਆਇਆ ਵਾ ਕਿ ਸੱਚੀ ਆਵਾਜ਼ ਵਾਸਤੇ। ਭਾਈ ਅੰਮ੍ਰਿਤਪਾਲ ਸਿੰਘ ਨੇ ਜਿਹੜਾ ਕੰਮ ਸ਼ੁਰੂ ਕੀਤਾ ਸੀ ਪੰਜਾਬ ਦੇ ਪੁੱਤਾਂ ਨੂੰ ਨਸ਼ਿਆਂ ਤੇ ਬਚਾਉਣ ਦਾ ਤੇ ਅਮਰ ਸੰਚਾਰ ਦਾ, ਸਾਨੂੰ ਉਹ ਕੰਮ ਵਧੀਆ ਲੱਗਾ, ਤੇ ਮੈਂ ਚਾਹੁੰਦਾ ਸੀ ਕਿ ਉਹ ਕੰਮ ਸਰਕਾਰਾਂ ਦੇ ਕਰਨ ਵਾਲੇ, ਮੈਂ ਤੇ ਸਰਕਾਰਾਂ ਨੂੰ ਕਹਿੰਦਾ ਕਿ ਤੁਸੀਂ ਉਸ ਬੰਦੇ ਨੂੰ ਐਪਰੀਸ਼ੀਏਟ ਕਰੋ, ਤੁਸੀਂ ਉਹਨੂੰ ਨਾਲ ਸਪੋਰਟ ਕਰੋ। ਜੇ ਸਾਡੇ ਪ੍ਰਸ਼ਾਸਨ ਕੋਲ ਸਾਧਨ ਘੱਟ ਨੇ ਤਾਂ ਤੁਸੀਂ ਸਿੱਖ ਸੰਗਤ, ਮਾਨ ਸਾਹਿਬ ਕਹਿੰਦੇ ਨੇ ਕਿ ਗੁਰੂ ਦੀ ਗੋਲਕ ਵਰਤੀਏ, ਗੁਰੂ ਦੀ ਗੋਲਕ ਵਰਤੀਏ, ਜਾਂ ਕਹੀ ਜਾਂਦੇ ਗੁਰੂ ਦੀ ਗੋਲਕ ਚੁੱਕੀਏ। ਗੁਰੂ ਦੀ ਗੋਲਕ ਚੁੱਕਣੀ ਕਾਹਤੋਂ ਆ? ਗੁਰੂ ਦੀ ਗੋਲਕ ਨੂੰ ਅਸੀਂ ਸੰਗਤ 'ਚ ਯੂਜ਼ ਕਰੀਏ ਹਾਂ, ਸੰਗਤ 'ਤੇ ਕਦੀ ਪੈਸਾ ਦੇਣ ਤੋਂ ਨਾ ਹੀ ਨਹੀਂ ਕਰਦੀ ਸੰਗਤ। ਤੁਸੀਂ ਅੰਮ੍ਰਿਤਪਾਲ ਸਿੰਘ ਨੂੰ ਥਾਪੜਾ ਦਿਓ ਵੀ ਲੈ ਭਾਈ ਅੰਮ੍ਰਿਤਪਾਲ ਸਿੰਘ ਤੂੰ ਇੱਦਾਂ ਕਰ, ਅਸੀਂ ਪੰਜਾਬ ਦੇ ਬਾਕੀ ਕੰਮ ਇਹਨੇ ਆ ਤੇ ਤੂੰ ਇਦਾਂ ਕਰ ਨਸ਼ੇ ਵਾਲਾ ਕੰਮ ਸਾਂਭ। ਇਲੈਕਸ਼ਨ ਪਹਿਲਾਂ ਵੀ ਹੁੰਦੇ ਨੇ, ਪਹਿਲਾਂ ਵੀ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨ ਵਾਸਤੇ ਆਉਂਦੇ ਰਹੇ ਹੋ, ਕਿਸੇ ਧਿਰ ਦੇ ਹਮਾਇਤ ਦੇ ਵਿੱਚ? ਮੈਂ ਬਿਲਕੁਲ ਜੀ, ਪਹਿਲਾਂ ਮੈਂ ਤੁਸੀਂ ਧਿਰ ਮੈਂ ਹਮੇਸ਼ਾ ਪੰਜਾਬ ਦੀ ਆਇਆ ਵਾਂ ਤੇ ਹਮੇਸ਼ਾ ਪੰਜਾਬ ਦੀ ਵਾਸਤੇ ਹੀ ਆਉਂਦਾ ਰਹੂੰਗਾ। ਸਾਨੂੰ ਜੇ ਉਦੋਂ ਪਹਿਲੀਆਂ ਦੋ ਸਰਕਾਰਾਂ ਨੇ ਤੰਗ ਕੀਤਾ ਤੇ ਸਾਨੂੰ ਨਵੀਂ ਦਿਖੀ ਸੀ ਪਾਰਟੀ, ਅਸੀਂ ਕਿਹਾ ਯਾਰ ਸ਼ਾਇਦ ਇਹ ਸਾਡੇ ਪੰਜਾਬ ਦੀ ਕਾਇਆ ਕਲਪ ਕਰਨਗੇ, ਅਸੀਂ ਉਹਨਾਂ ਵਾਸਤੇ ਜ਼ੋਰ ਲਾਇਆ। ਤੁਸੀਂ ਜਿਉਂ ਜਿਉਂ ਕਿਸੇ ਦੇ ਨੇੜੇ ਜਾਂਦੇ ਫਿਰ ਤੁਹਾਨੂੰ ਪਤਾ ਲੱਗਦਾ, ਜੇ ਸਾਨੂੰ ਮਾੜੇ ਲੱਗੇ ਤਾਂ ਅਸੀਂ ਫਿਰ ਉਹਨਾਂ ਨੂੰ ਜਿਹੜੀਆਂ ਗਲਤੀਆਂ ਉਹ ਕੱਢਣੀਆਂ ਸ਼ੁਰੂ ਕੀਤੀਆਂ। ਪਰ ਸ਼ਾਇਦ ਕਈ ਵਾਰੀ ਜਦੋਂ ਲੀਡਰ ਉੱਪਰ ਚਲੇ ਜਾਂਦੇ ਨਾ ਫਿਰ ਉਹਨਾਂ ਦੇ ਕੰਨਾਂ ਦੇ ਕੱਚੇ ਹੋ ਜਾਂਦੇ ਆ, ਉਹਨਾਂ ਨੂੰ ਚਾਪਲੂਸੀ ਚੰਗੀ ਲੱਗਦੀ ਆ। ਉਹਨਾਂ ਨੂੰ ਤੁਸੀਂ ਜੇ ਕਰੀਮ ਲਾਓਗੇ ਦੇ ਜਸਟ ਵਾਂਟ ਕਰੀਮ, ਜੇ ਤੁਸੀਂ ਉਹਨਾਂ ਨੂੰ ਬਟਰ ਲਾਈ ਜਾਓਗੇ ਨਾ ਤੇ ਫਿਰ ਉਹ ਵਧੀਆ ਵਾ, ਤੇ ਜੇ ਤੁਸੀਂ ਉਹਨਾਂ ਨੂੰ ਆਖੇ ਨਾ ਯਾਰ ਤੂੰ ਤੇ ਲੱਸੀ ਕਰਤੀ ਤੇ ਫਿਰ ਉਹਨਾਂ ਨੂੰ ਲੱਸੀ ਨਹੀਂ ਪਸੰਦ, ਉਹ ਹਮੇਸ਼ਾ ਬਟਰ ਚਾਹੁੰਦੇ ਨੇ। ਹਾਲ ਦੇ ਵਿੱਚ ਜਿਹੜਾ ਤੁਹਾਡੇ ਤੇ ਅਟੈਕ ਹੁੰਦਾ ਹੈ, ਉਹ ਅਟੈਕ ਹੋਣ ਦਾ ਅਸਲ ਦੇ ਵਿੱਚ ਰੀਜ਼ਨ ਕੀ ਸੀਗਾ? ਮੇਰੇ ਤੇ ਅਟੈਕ ਹੋਣ ਦਾ ਰੀਜ਼ਨ ਆ ਕਿ ਮੈਂ ਖੁੱਲ੍ਹ ਕੇ ਬੋਲਦਾ, ਮੈਂ ਪੰਜਾਬ ਦੀ ਗੱਲ ਕਰਦਾ, ਚਾਹੇ ਮੈਂ ਪੂਰਾ ਸਾਫ ਸੁਰ ਸਿੱਖ ਨਹੀਂ ਹਾਂ, ਪਰ ਮੈਂ ਮਾਣ ਨਾਲ ਕਹਿੰਦਾ ਕਿ ਮੈਂ ਕਲਗੀਧਰ ਦਾ ਪੁੱਤ ਹਾਂ ਤੇ ਮੈਂ ਆਪਣੇ ਪੰਥ ਦੀ ਤੇ ਆਪਣੇ ਪੰਜਾਬ ਦੀ ਗੱਲ ਕਰਦਾ ਵਾਂ ਤੇ ਇਦਾਂ ਹੀ ਕਰਦਾ ਰਹੂੰਗਾ। ਅਟੈਕ ਕਰਨ ਵਾਲੇ ਲੋਕ ਕੌਣ ਸੀ? ਅਟੈਕ ਕਰਨ ਵਾਲੇ ਲੋਕ ਦੇਖੋ, ਜੇ ਜ਼ੋਰ ਸੱਤਾਧਾਰੀਆਂ ਦਾ ਲੱਗਾ ਵਾ, ਲਾਲਜੀਤ ਸਿੰਘ ਭੁੱਲਰ ਹੁਣ ਜ਼ੋਰ ਲਾ ਰਹੇ ਨੇ, IBPA ਤੋਂ ਖਰੜ ਵਾਲੀ ਜ਼ੋਰ ਲਾ ਰਹੀ ਆ, ਦਲਬੀਰ ਸਿੰਘ ਟੌਂਗ MLA ਜ਼ੋਰ ਲਾ ਰਿਹਾ ਵਾ, ਤੇ ਇਹ ਤਾਂ ਬੜੀ ਸਪਸ਼ਟ ਜੀ ਕੰਧ ਤੇ ਲਿਖੀ ਗੱਲ ਪੱਤਰਕਾਰ ਸਾਹਿਬ ਪੜ੍ਹਨ ਵਾਲੀ ਆ। ਜ਼ੋਰ ਕਾਹਦੇ ਵਾਸਤੇ ਲਾ ਰਹੇ?
ਕਿ ਰਾਜੀਨਾਮੇ ਵਾਸਤੇ ਤੇ ਮੇਰੇ ਤੇ ਦਬਾਅ ਪਾਉਣ ਡਿਆ ਕਿ ਤੂੰ ਇੱਥੋਂ ਜਾ ਕੇ ਬਾਹਰ ਕੰਮ ਕਰ ਆਪਣਾ ਤੇ ਮਤਲਬ ਇੱਥੇ ਨਾ ਸਾਨੂੰ ਮਤਾਂ ਦੇ। ਤੇ ਬਿਲਕੁਲ ਜੀ ਇਹ ਜਿਹੜੀ ਆ ਮੈਂ ਇਹਨਾਂ ਨਹੀਂ ਕਹਿੰਦਾ ਕਿ ਬਿਲਕੁਲ ਸਰਕਾਰ ਦੇ ਬੰਦੇ ਨੇ, ਪਰ ਇਹਨੂੰ ਇਹਨਾਂ ਲੋਕਾਂ ਨੂੰ ਸਰਕਾਰੀ ਸ਼ੈ ਜ਼ਰੂਰ ਹੈਗੀ ਆ। ਤੁਹਾਨੂੰ ਕਿੱਥੋਂ ਕਿਡਨੈਪ ਕਰਕੇ ਫਿਰ ਕੀ ਤੁਹਾਡੇ ਨਾਲ ਉਸ ਵਕਤ ਕੀਤਾ ਜਾਂਦਾ, ਫਿਰ ਉਹਨਾਂ ਦੀ ਹਿਰਾਸਤ ਦੇ ਵਿੱਚ ਕਿਵੇਂ ਕੁਝ ਛੁੱਟ ਕੇ ਆਉਂਦੇ ਹੋ ਤੁਸੀਂ? ਮੈਨੂੰ ਜੀ ਇਹਨਾਂ ਨੇ, ਮੈਂ ਟਾਲਾ ਸਾਹਿਬ ਮੱਥਾ ਟੇਕ ਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਦਾ ਸ਼ੁਕਰਾਨਾ ਕਰਕੇ ਆਉਣ ਡਿਆ ਸੀ। ਇਹਨਾਂ ਨੇ ਵਾਪਸ ਆਉਂਦਿਆਂ ਜਿਹੜਾ ਮੈਨੂੰ ਚੱਕ ਵਾਲਾ ਪੁਲ ਸਾਡੇ ਪਿੰਡਾਂ ਦੇ ਵਿਚਕਾਰ ਆ ਉੱਥੋਂ ਕਿਡਨੈਪ ਕੀਤਾ ਮੈਨੂੰ ਦੋਵਾਂ ਗੱਡੀਆਂ ਦੇ ਵਿੱਚ। ਇਹਨਾਂ ਕੋਲ ਫੋਰਚੂਨਰ ਤੇ ਇੱਕ ਸੈਡਾਨ ਟਾਈਪ ਗੱਡੀ ਸੀ, 5-ਸੀਟਰ। ਔਰ ਵੇਖੋ ਮੈਨੂੰ ਮਤਲਬ ਇਹਨਾਂ ਗੱਲਾਂ ਦੀ ਹੈਰਾਨੀ ਵੀ ਹੁੰਦੀ ਆ। ਮੈਨੂੰ ਵਾਰ ਵਾਰ ਕਹਿੰਦੇ ਤੇਰਾ ਅਮਰੀਕਾ ਨਹੀਂ ਆ, ਇੱਥੇ ਅਮਰੀਕਾ ਵਾਲਾ ਕਾਨੂੰਨ ਨਹੀਂ ਆ, ਤੂੰ ਜੇ ਮਤਲਬ ਤੈਨੂੰ ਮਤਲਬ ਇੱਦਾਂ ਹੋ ਜਾਊਗਾ। ਮੇਰੀ ਗੱਡੀ ਠਾਣੇ ਆ ਤੇ ਜਿਹੜੇ ਅਕਿਊਜ਼ ਨੇ, ਆਈ ਐਮ ਦਾ ਵਿਕਟਮ, ਮੇਰੇ ਤੇ ਹਮਲਾ ਹੋਇਆ, ਮੈਂ ਵਿਕਟਮ ਆ। ਮੈਂ ਤੇ ਜਿਨ੍ਹਾਂ ਨੇ ਹਮਲਾ ਕੀਤਾ ਵਾ, ਨਾ ਉਹਨਾਂ ਦੀਆਂ ਗੱਡੀਆਂ ਫੜੀਆਂ, ਨਾ ਕੋਈ ਬੰਦਾ ਫੜਿਆ, ਤੇ ਮੇਰੇ ਤੇ ਰਾਜੀਨਾਮੇ ਨੂੰ ਦਬਾਅ ਪੈ ਰਿਹਾ। ਤੁਹਾਡੀਆਂ ਅੱਖਾਂ ਤੇ ਅਜੇ ਵੀ ਨਿਸ਼ਾਨ ਲੱਗੇ ਹੋਏ ਆ, ਫਿਰ ਤੁਹਾਨੂੰ ਮਾਰਿਆ ਕਦੇ ਨਾਲ ਜਾਂਦਾ? ਮੈਨੂੰ ਜੀ ਉਹਨਾਂ ਨੇ ਜੋ ਇਹਨਾਂ ਕੋਲ ਰਵਾਇਤੀ ਹਥਿਆਰ ਹੁੰਦੇ ਨੇ, ਸਲੱਗਰ ਵਗੈਰਾ ਸੀ, ਔਰ ਜਿੱਦਾਂ ਦੇ ਪੰਚ ਵਗੈਰਾ ਹੁੰਦੇ ਆ, ਤੁਹਾਨੂੰ ਪਤਾ ਜਦੋਂ ਇੰਨੀ ਬੰਦੇ ਨੂੰ ਕੁੱਟ ਵਰਦੀ ਉਦੋਂ ਤੁਸੀਂ ਪ੍ਰੋਪਰ ਤੌਰ ਤੇ ਹੁਣ ਚੀਜ਼ਾਂ ਦੇ ਦੱਸਣ ਰਹਿ ਹੁੰਦੇ ਤੁਸੀਂ ਵੀ ਕਿਹੜੀਆਂ ਕਿਹੜੀਆਂ ਜਾਂ ਕੀ ਸੀ। ਜਦੋਂ ਤੁਸੀਂ ਤੁਹਾਨੂੰ ਕਿਡਨੈਪ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਕਈ ਘੰਟੇ ਤੁਸੀਂ ਉਹਨਾਂ ਦੀ ਹਿਰਾਸਤ ਦੇ ਵਿੱਚ ਰਹਿੰਦੇ ਹੋ, ਤਾਂ ਫਿਰ ਪਰਿਵਾਰ ਦੇ ਵੱਲੋਂ ਉਦੋਂ ਬਾਅਦ ਭਾਲ ਨਹੀਂ ਕੀਤੀ ਗਈ ਕਿਸੇ ਤਰ੍ਹਾਂ ਦੀ? ਜੇ ਮੇਰਾ ਬਚਾਅ ਹੋ ਗਿਆ ਵਾ ਤੇ ਮੇਰਾ ਇਸੇ ਕਰਕੇ ਬਚਾਅ ਹੋ ਗਿਆ ਕਿ ਮੇਰਾ ਪਰਿਵਾਰ, ਮੇਰੇ ਡੈਡੀ ਨੇ 6 ਭਰਾ ਨੇ ਸਾਡਾ ਬੜਾ, ਅੱਜ ਮੇਰਾ ਪਰਿਵਾਰ ਸਾਰਾ ਮੇਰੇ ਮਗਰ ਖਲੋਤਾ ਵਾ, ਮੇਰਾ ਦੁਨਿਆਵੀ ਪਰਿਵਾਰ ਵੀ ਮੇਰੇ ਮਗਰ ਖਲੋਤਾ ਵਾ, ਤੇ ਮੇਰਾ ਪੰਥਕ ਪਰਿਵਾਰ ਵੀ, ਮੇਰਾ ਬੜਾ ਵੱਡਾ ਪਰਿਵਾਰ ਆ ਗੁਰੂ ਕਲਗੀਆਂ ਵਾਲੇ ਦਾ। ਸੋ ਮੇਰਾ ਸਾਰਾ ਪਰਿਵਾਰ ਮੇਰੇ ਮਗਰ ਖਲੋਤਾ, ਜੇ ਮੈਂ ਬਚਿਆ ਵਾਂ ਤੇ ਆਪਣੇ ਦੁਨਿਆਵੀ ਪਰਿਵਾਰ ਕਰਕੇ ਤੇ ਆਪਣੇ ਪੰਥਕ ਪਰਿਵਾਰ ਦੀਆਂ ਦੁਆਵਾਂ ਕਰਕੇ। ਅਜੇ ਵੀ ਕਿਸੇ ਤਰ੍ਹਾਂ ਦਾ ਕੋਈ ਖਦਸ਼ਾ ਹੈਗਾ ਤੁਹਾਨੂੰ ਕਿ ਫਿਰ ਇਸ ਤਰੀਕੇ ਦੀ ਕੋਈ ਨਾ ਕੋਈ ਮਿਸ ਹੈਪਨਿੰਗ ਜਾਂ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰ ਸਕਦੀ ਆ? ਜੀ ਬਿਲਕੁਲ, ਜਿੰਨਾ ਚਿਰ ਇਹ ਪ੍ਰਸ਼ਾਸਨ ਉਹਨਾਂ ਜਿਹੜੇ ਆ ਖੁੱਲੇ ਫਿਰਦੇ ਦੋਸ਼ੀ ਆ ਇਹਨਾਂ ਨੂੰ ਨਹੀਂ ਅੰਦਰ ਕਰਦੇ, ਤੇ ਉਹਨਾਂ ਚਿਰ ਕੁਝ ਵੀ ਹੋ ਸਕਦਾ ਵਾ ਇਹਨਾਂ ਚੱਲਦੀਆਂ ਹੋਈਆਂ ਰਾਹਾਂ ਤੇ, ਤੁਹਾਨੂੰ ਤੇ ਪਤਾ ਹੀ ਆ ਘੜੀ ਘੜੀ ਇਤਿਹਾਸ ਦੇ ਹੁੰਦੇ ਨੇ, ਧਿਆਨ ਰੱਖਣਾ ਚਾਹੀਦਾ। ਸੋ ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ। ਇੰਨੇ ਦਿਨ ਬੀਤਣ ਤੋਂ ਬਾਅਦ ਕਿਸੇ ਤਰ੍ਹਾਂ ਦੀ ਦੋਸ਼ੀਆਂ ਦੇ ਖਿਲਾਫ ਕੋਈ ਕਾਰਵਾਈ ਆਰੰਭੀ ਆ ਪ੍ਰਸ਼ਾਸਨ ਨੇ? ਮੈਂ ਉਡੀਕ ਕਰ ਰਿਹਾ ਵਾਂ ਕਿ ਜਿਵੇਂ ਇੱਥੇ ਸਿਸਟਮ ਚੱਲਦਾ ਵਾ ਕਿ ਕਿੰਨਾ ਚ ਅੱਗੇ ਵੀ ਇਨਸਾਫ ਨੂੰ ਅਸੀਂ, ਸਾਨੂੰ ਸਿੱਖਾਂ ਨੂੰ ਉਡੀਕਣ ਦੀ ਆਦਤ ਆ। ਸੋ ਅਸੀਂ ਇਸ ਵਾਰ ਵੀ ਅਸੀਂ ਉਡੀਕ ਕਰਾਂਗੇ, ਤੇ ਕਿਉਂਕਿ ਸਾਡੇ ਬਾਬੇ ਨੇ ਸਾਨੂੰ, ਚਾਹੇ ਸਾਨੂੰ ਹਥਿਆਰ ਵੀ 6 ਪਾਤਸ਼ਾਹ ਨੇ ਬਖਸ਼ੇ ਆ, ਪਰ ਉਹ ਸਾਡਾ ਐਂਡਲਾ ਜਿਹੜਾ ਵਾ ਉਹ ਆ। ਪਹਿਲਾਂ ਸਾਡੇ ਗੁਰੂ ਸਾਹਿਬ ਨੇ ਜੇ ਦਿੱਲੀ ਸੀਸ ਦਿੱਤਾ ਸੀ ਤਾਂ ਸਾਨੂੰ ਸਿੱਦਕ ਦੇ ਨਾਲ ਲੜਨਾ ਦੱਸਿਆ, ਪਹਿਲਾਂ ਅਸੀਂ ਸਿੱਦਕ ਨਿਭਾਵਾਂਗੇ ਬਾਕੀ ਗੱਲਬਾਤ ਦੇ ਵਿੱਚ। ਬਹੁਤ ਮਿਹਰਬਾਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੌਜਵਾਨ ਜਦਵੀਰ ਸਿੰਘ ਅਮਰੀਕਾ ਦੀ ਧਰਤੀ ਨੂੰ ਛੱਡ ਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਹਮਾਇਤ ਕਰਦਾ, ਤਾਂ ਕਿਸੇ ਨਾ ਕਿਤੇ ਪਹਿਲਾਂ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਸਮਰਥਕ ਵੀ ਰਹੇ ਨੇ, ਔਰ ਇਹਨਾਂ ਦੇ ਵੱਲੋਂ ਵੱਡੇ ਸ਼ਿਕਵੇ ਉਠਾਏ ਜਾ ਰਹੇ ਨੇ ਕਿ ਇਸੇ ਦੇ ਤਹਿਤ ਮੈਨੂੰ ਜਿਹੜਾ ਹਿਰਾਸਤ ਦੇ ਵਿੱਚ ਰੱਖ ਕੇ ਮੇਰੇ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ, ਔਰ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਨੂੰ ਅਮਲੀ ਜਾਮਾ ਕਿਸ ਤਰੀਕੇ ਦਾ ਪਹਿਨਾਇਆ ਜਾਂਦਾ ਹੈ। ਅੱਗੇ ਦੀ ਗੱਲਬਾਤ ਵੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।